सारे 9-10 तो जिंदे सिंह ठीक है यार वरिंदर जी दस दिए ਭਾਜੀ ਕੀ ਨਾਮ ਹੈ ਤੁਹਾਡਾ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਤੁਸੀਂ ਕੀ ਲੱਗਦੇ ਹੋ ਇਹਨਾਂ ਦੇ ਅੰਕ ਜੌਲੀ ਦੇ ਜੀ ਹਾਂਜੀ ਚਾਚਾ ਜੀ ਅੱਛਾ ਅੱਜ ਕੀ ਮਸਲਾ ਕੀ ਹੋਇਆ ਜੀ ਇਹ ਜੀ ਗੋਪਾਲ ਸਵੀਟਸ ਦੇ ਲੱਗੇ ਜੀ ਕੀ ਆਪਣੇ ਕੀ ਨਾਮ ਹੈ ਅਰਬਨ ਸਟੇਟ ਬੈਠੇ ਚਾਹ ਪੀਂਦੇ ਸੀਗੇ ਜੀ ਅੱਛਾ ਉੱਥੇ ਬਾਹਰ ਨਿਕਲੇ ਜੀ ਆ ਕੇ ਉੱਥੇ ਸਮਾਣੇ ਦੇ ਬੰਦਿਆਂ ਨੇ ਇੱਕ ਜੱਜ ਸੀਗਾ ਜੀ ਨਿਜਾਮਣੀ ਵਾਲੇ ਦਾ ਇੱਕ ਉਹਦਾ ਭਤੀਜਾ ਸੀਗਾ ਜੀ ਕੀ ਆ ਲਾਡੀ ਨਹੀਂ ਬੱਲੀ ਬੱਲੀ ਇੱਕ ਉਹਦਾ ਭਤੀਜਾ ਸੀਗਾ ਜੀ ਬੱਲੀ ਇੱਕ ਸੀਗਾ ਜਸਕਰਨ ਬੜਾਇਚਾਂ ਵਾਲਾ ਜੀ ਤੇ ਸੋਨੀ ਜੀ ਤੇ ਇੱਕ ਉਹਦਾ ਭਰਾ ਸੀਗਾ ਚੰਨਾ ਜੀ ਤੇ ਇੱਕ ਸੀਗਾ ਜੀ ਆਪਣੇ ਮਾਲਵਿੰਦਰ ਸਿੰਘ ਜੀ ਮੂਦਪੁਰ ਦਾ ਜੀ ਇੱਕ ਸੀਗਾ ਜੱਸੀ ਜੀ ਮਵੀ ਦਾ ਜੀ ਤੇ ਇੱਕ ਸੀਗਾ ਜੀ ਗੜੀ ਸਾਹਿਬ ਦਾ ਮੁੰਡਾ ਲਾਡੀ ਲਾਡੀ ਜੀ ਉਹਦਾ ਪਿਓ ਵੀਰਾ ਸਿੰਘ ਜੀ ਇਹੀ ਬੰਦੇ ਤੋਂ ਇਹਨਾਂ ਨੇ ਕੀ ਕੀਤਾ ਜੀ ਫਿਰ ਆ ਕੇ ਇਹਨਾਂ ਨੇ ਆ ਕੇ ਫਾਇਰ ਕਰਿਆ ਜੀ ਗੋਲੀ ਮਾਰੀਆਂ ਜੀ ਬੰਦਿਆਂ ਨੇ ਸਾਡੇ ਨੇ ਕਿੱਥੇ ਲੱਗੀ ਕਿੱਥੇ ਮਾਰੀ ਗੋਲੀ ਇੱਕ ਤਾਂ ਮਾਰਿਆ ਜੀ ਜੌਲੀ ਇਹਦੇ ਮੁੰਡੇ ਦੇ ਜੀ ਆਪਣੇ ਕੀ ਆ ਪੂਰਾ ਨਾਮ ਕੀ ਹੈ ਜੀ ਜਸਦੀਪ ਸਿੰਘ ਆਪਣੇ ਇਹਦੇ ਮਾਰੀ ਕੀ ਅਮਰ ਦਾ ਮਨਦੀਪ ਸਿੰਘ ਦੇ ਗੋਲੀ ਮਾਰੀ ਉਹਨਾਂ ਨੇ ਅੱਛਾ ਜੀ ਉਹਦੇ ਮੁੰਡੇ 'ਚ ਮਾਰੀ ਜਾ ਉਹਰੇ ਹਾਂਜੀ ਕੀ ਕਾਰਨ ਕੀ ਹੋਇਆ ਜੀ ਗੋਲੀ ਮਾਰਨ ਦਾ ਕਾਰਨ ਜੀ ਮਤਲਬ ਕੋਈ ਕਾਰਨ ਨਹੀਂ ਜੀ ਆ ਕੇ ਬਸ ਸੱਚ ਇੱਕ ਮੁੰਡਾ ਆਇਆ ਗੋਲਡ ਜੀ ਚਰਨ ਸਟੀਲ ਵਾਲਾ ਉਹਨੇ ਉਦੋਂ ਪਹਿਲਾਂ ਆਇਆ ਜੀ ਉਹਨੇ ਅੱਧਾ ਘੰਟਾ ਪਹਿਲਾਂ ਆ ਕੇ ਇਹਦੀ ਲੋਕੇਸ਼ਨ ਦਿੱਤੀ ਇਹਨਾਂ ਦੀ ਵੀ ਇਹ ਉਰੇ ਨੇ ਉਹਨਾਂ ਨੇ ਆ ਕੇ ਬੰਦਿਆਂ ਨੇ 7-8 ਬੰਦੇ ਨੇ ਇਹਨਾਂ ਦੀ ਗੋਲੀ ਦੀ ਫਾਇਰਿੰਗ ਕਰੀ ਜੀ ਗੋਲੀਆਂ ਚਲਾਈਆਂ ਜੀ ਇਹਨਾਂ ਦੇ ਕਿੰਨੀਆਂ ਗੋਲੀਆਂ ਚਲਾਈਆਂ ਯੂਨੀਅਨ ਦਾ ਮਸਲਾ ਸੀਗਾ ਜੀ ਗੋਲੀਆਂ ਮਤਲਬ ਪਹਿਲਾਂ ਉਰੇ ਚਲਾਈਆਂ ਜੀ ਉਸ ਤੋਂ ਬਾਅਦ ਇਹਨਾਂ ਦਾ ਪਿੱਛਾ ਕਰਿਆ ਜੀ ਟੂਲ ਤੱਕ ਇਹਨਾਂ ਦੇ ਪਿੱਛੇ ਗੋਲੀਆਂ ਚਲਾਉਂਦੇ ਗਏ ਜੀ ਉਹ ਰਾਜਪੁਰੇ ਟੂਲ ਤੱਕ ਸਮਾਣੇ ਯੂਨੀਅਨ ਦਾ ਜੀ ਸਮਾਣੇ ਯੂਨੀਅਨ ਦਾ ਹਾਂ ਜੀ ਸਿੱਧੀ ਯੂਨੀਅਨ ਹੈ ਜੀ ਟਰੱਕ ਯੂਨੀਅਨ ਜੀ ਟਰੱਕ ਯੂਨੀਅਨ ਦਾ ਮਸਲਾ ਟਰੱਕ ਯੂਨੀਅਨ ਦਾ ਮਸਲਾ ਸੀਗਾ ਪਹਿਲਾਂ ਤਾਂ ਨਹੀਂ ਕੋਈ ਰੰਜਿਸ਼ ਸੀਗੀ ਨਹੀਂ ਜੀ ਪਹਿਲਾਂ ਕੋਈ ਰੰਜਿਸ਼ ਨਹੀਂ ਕਿੰਨੇ ਦਿਨ ਤੋਂ ਸੀ ਕਿੰਨੇ ਦਿਨ ਤੋਂ ਹੋ ਜਾਣੇ ਇਹ ਟਰਾਂਸਪੋਰਟਾਂ ਨੇ ਇਹਨਾਂ ਦੇ ਇਹ ਧੱਕੇ ਨਾਲ ਮਾਲ ਚੱਕਦੇ ਨੇ ਯੂਨੀਅਨ ਚ ਅੰਦਰ ਨਹੀਂ ਆਉਂਦੇ ਜੀ ਯੂਨੀਅਨ ਨਾਲ ਧੱਕਾ ਕਰ ਰਹੇ ਨੇ ਜੀ ਰਲ ਕੇ ਮਾਲਵਿੰਦਰ ਦੀ ਸਾਰੀ ਮਤਲਬ ਜਿਵੇਂ ਸੋਨੀ ਹੋ ਗਿਆ ਮਾਲਵਿੰਦਰ ਹੋ ਗਿਆ ਜੱਜ ਹੋ ਗਿਆ ਜੀ ਇਹ ਧੱਕਾ ਕਰ ਰਹੇ ਨੇ ਜੀ ਉੱਥੇ ਸਮਾਣੇ ਸ਼ਹਿਰ ਦੇ ਵਿੱਚ ਜੀ ਕੀ ਕੋਈ ਰਾਜਨੀਤਿਕ ਸ਼ਾਇਦ ਜੌਲੀ ਪ੍ਰਧਾਨ ਹੈ ਜੀ ਇਹ ਕਹਿੰਦੇ ਸੀ ਜੌਲੀ ਨੂੰ ਮਾਰਨਾ ਹੀ ਮਾਰਨਾ ਸੀ ਜੌਲੀ ਨੂੰ ਛੱਡਣਾ ਹੀ ਕੋਈ ਨਹੀਂ ਅੱਛਾ ਹੁਣ ਜੌਲੀ ਦੇ ਕਿੰਨੀ ਗੋਲੀਆਂ ਲੱਗੀਆਂ ਜੌਲੀ ਦੇ ਤਾਂ ਮਾੜੀ ਮੋਟੀ ਜਿਹਦਾ ਬਚਾ ਹੈ ਜੀ ਅੱਛਾ ਤੇ ਇਹ ਮੁੰਡੇ ਆਪਣੇ ਦੂਜੇ ਤੇ ਲੱਗੀ ਹੈ ਜੀ ਮਨਦੀਪ ਤੇ ਲੱਗੀ ਹੈ ਜੀ ਉਹ ਇੱਥੇ ਨੇ ਇਲਾਜ ਦੇ ਲਈ ਹਾਂ ਇਲਾਜ ਦੇ ਲਈ ਉਰੇ ਜਿੰਦਰਾ ਹਸਪਤਾਲ ਨੇ ਜੀ ਇਹਨਾਂ ਦੇ ਮਤਲਬ ਇੱਕ ਲੱਗੀ ਹੈ ਜੀ ਮੋਢੇ 'ਚ ਕੀ ਕਹਿੰਦੇ ਡਾਕਟਰ ਹੁਣ ਡਾਕਟਰ ਦੇਖ ਰਹੇ ਨੇ ਜੀ ਅੰਦਰ ਹਲੇ ਦੇਖੋ ਟ੍ਰੀਟਮੈਂਟ ਚੱਲ ਰਿਹਾ ਇਹਨਾਂ ਦਾ ਕੀ ਲੱਗਦਾ ਤੁਹਾਨੂੰ ਕੋਈ ਰਾਜਨੀਤਿਕ ਸ਼ਾਇਦ ਵੀ ਹੈ ਨਹੀਂ ਜੀ ਕੁਛ ਨਹੀਂ ਕਹਿ ਸਕਦੇ ਜੀ ਵੈਸੇ ਹੈ ਨਹੀਂ ਕੋਈ ਰਾਜਨੀਤਾ ਹੈ ਨਹੀਂ ਹਾਂ ਕੋਈ ਇੱਡੀ ਹੋਣੀ ਹੈ ਕਿ ਮਤਲਬ ਇਸ ਤਰ੍ਹਾਂ ਗੋਲੀਆਂ ਚੱਲ ਜਾਣਾ ਕਿਸੇ ਦੇ ਉੱਪਰ ਫਾਇਰ ਕਰਨੇ ਕੋਈ ਨਾ ਕੋਈ ਵੱਡੀ ਗੱਲ ਨਹੀਂ ਲੱਗਦੀ ਤੁਹਾਨੂੰ ਸਾਨੂੰ ਤਾਂ ਲੱਗਦੀ ਹੈ ਜੀ ਉਹਦਾ ਮਾਰਨੇ ਆਏ ਸੀਗੇ ਜੀ ਉਹਨਾਂ ਨੂੰ ਨਹੀਂ ਲੱਗਦੀ ਹੋਣੀ ਛੋਟੀ ਲੱਗਦੀ ਹੋਊ ਜੀ ਉਹਨਾਂ ਨੂੰ ਦਿਲ 'ਚ ਹੋਣਾ ਜਾਂ ਕੁਛ ਕੋਈ ਹੋਣਾ ਉਹਨਾਂ ਦੇ ਮਨ 'ਚ ਕੀ ਸੋਚਦੇ ਹੋ ਪੁਲਿਸ ਪ੍ਰਸ਼ਾਸਨ ਦਾ ਡਰ ਹੈ ਨਹੀਂ ਲੋਕਾਂ ਨੂੰ ਹੈ ਹੀ ਨਹੀਂ ਜੀ ਫਿਰ ਹਿਸਾਬ ਨਾਲ ਤਾਂ ਹੈ ਨਹੀਂ ਜੀ ਹੁਣ ਅਸੀਂ ਕੀ ਕਰ ਸਕਦੇ ਇਹਦੇ ਵਿੱਚ ਹੈ ਹੀ ਨਹੀਂ ਅਸੀਂ ਤਾਂ ਮੰਗ ਕਰਦੇ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਗੋਲੀਆਂ ਸਾਹ ਪੀਂਦਿਆਂ ਤਾਂ ਗੋਲੀਆਂ ਚਲਾ ਦੇਣੀਆਂ ਜੀ ਕੋਈ ਚੰਗੀ ਗੱਲ ਥੋੜ੍ਹਾ ਜੀ ਅੱਛਾ ਠੀਕ ਨਹੀਂ ਇਹਦੇ ਵਿੱਚ ਪ੍ਰਸ਼ਾਸਨ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਉਹਨਾਂ ਦੇ ਮਤਲਬ ਕਾਰਵਾਈ ਕਰੇ ਜਿੰਨੀ ਹੋਵੇ ਠੀਕ ਹੈ ਜੀ ਠੀਕ ਹੈ ਇੱਕ ਤੁਸੀਂ ਇੱਥੇ ਕੱਲ੍ਹ ਇੱਕ ਸਾਨੂੰ ਸ਼ਾਮਲੀ ਇੰਸੀਡੈਂਟ ਰਿਪੋਰਟ ਹੋਇਆ ਜਿਸ ਦੇ ਵਿੱਚ ਜਸਦੀਪ ਜੌਲੀ ਦੇ ਨਾਮ ਦੇ ਅਤੇ ਜਿਹੜੇ ਹੈਗੇ ਉਹਨਾਂ ਦੇ ਬਿਆਨ ਦੇ ਉੱਤੇ FIR ਅਸੀਂ ਲੌਂਚ ਕੀਤੀ ਹੈ ਬਰਖਿਲਾਫ ਜਿਹੜੇ ਹੈਗੇ ਨੇ ਕੁਛ 8-10 ਬੰਦਿਆਂ ਦੇ ਖਿਲਾਫ ਇਹ FIR ਲੌਂਚ ਹੋਈ ਹੈ ਜੋ ਅਲੈਜ ਕਰਦਾ ਜੌਲੀ ਉਹ ਇਹ ਹੈ ਕਿ ਇੱਥੇ ਇੰਸੀਡੈਂਟ ਹੋਇਆ ਜਿਸ ਦੇ ਵਿੱਚ ਜਸਦੀਪ ਅਤੇ ਉਸਦੇ ਕੁਛ ਮਿੱਤਰ ਜਿਹੜੇ ਹੈਗੇ ਨੇ ਉਹ ਆਏ ਸੀਗੇ ਜਿਸ ਦੇ ਵਿੱਚ ਉਹਨਾਂ ਨੇ ਇਹਦੇ ਉੱਪਰ ਫਾਇਰਿੰਗ ਕੀਤੀ ਹੈ ਇਹ ਅਲੈਜ ਕਰਦਾ ਕਿ 3-4 ਗੋਲੀਆਂ ਚੱਲ ਜਾਣ ਉਸ ਤੋਂ ਬਾਅਦ ਉਸਦੇ ਵਿੱਚ ਇਹਦਾ ਦੋਸਤ ਮਨਦੀਪ ਉਹ ਅਤੇ ਜਸਦੀਪ ਇਹ ਆਪਣਾ ਜੌਲੀ ਇਹ ਹੋਸਪਿਟਲ ਦੇ ਵਿੱਚ ਦਾਖਲ ਹੋਏ ਜਿੱਥੋਂ ਸਾਨੂੰ ਇੰਟੀਮੇਸ਼ਨ ਆਈ ਇੰਟੀਮੇਸ਼ਨ ਦੇ ਬੇਸ ਦੇ ਉੱਤੇ FIR 46 ਅੰਡਰ ਸੈਕਸ਼ਨ 307 147-149-506 IPC ਅਸੀਂ ਲੌਂਚ ਕੀਤੀ ਹੈ ਤਾਂ ਉਸਦੇ ਵਿੱਚ ਜਿਹੜਾ ਹੈ ਇਹ ਸਾਰਾ ਕ੍ਰਾਈਮ ਜਿਹੜਾ ਰਿਪੋਰਟ ਕਰਦਾ ਕਿੰਨੇ ਰਾਊਂਡ ਸਰ ਫਾਇਰ ਹੋਏ 3-4 ਰਾਊਂਡ ਦੀ ਜਿਹੜੀ ਹੈਗੀ ਹੈ ਗੱਲ ਸਾਹਮਣੇ ਆਈ ਹੈ ਜੋ ਸਾਡੇ ਨੋਟਿਸ 'ਚ ਆਇਆ ਜੀ ਕੋਈ ਪਿਛਲੇ ਦਿਨੀ ਬੀਤੇ ਦਿਨੀ ਇੱਕ ਸਮਾਣਾ ਦੇ ਵਿੱਚ ਵੀ ਇਹਨਾਂ ਦੀ ਸਮਾਣਾ ਤੋਂ ਬਿਲੋਂਗ ਕਰਦੇ ਨੇ ਸਾਰੇ ਅਤੇ ਸਮਾਣਾ ਦੇ ਵਿੱਚ ਵੀ ਕੋਈ ਲੜਾਈ ਹੋਈ ਸੀ ਤਾਂ ਸਮਾਣਾ ਦੇ ਵਿੱਚ ਜਿਹੜੀ ਇਸ ਦੇ ਵਿੱਚ ਵਿਕਟਿਮ ਪਾਰਟੀ ਹੈ ਉਹ ਉਸ ਦੇ ਵਿੱਚ ਅਕਿਊਜ਼ਡ ਪਾਰਟੀ ਹੈ ਯਾਨੀ ਕਿ ਉਹਨਾਂ ਵੱਲੋਂ ਦੂਜੀ ਧਿਰ ਵੱਲੋਂ ਪਹਿਲਾਂ ਦੇ ਅਗੇਂਸਟ FIR ਲੌਂਚ ਹੋਈ ਹੈ ਹੁਣ ਜਿਹੜੀ ਵਿਕਟਿਮ ਸੀਗੀ ਉਹਨਾਂ ਦੇ ਅਗੇਂਸਟ FIR ਲੌਂਚ ਹੋਈ ਹੈ ਤਾਂ ਉਦੋਂ ਦੀ ਕੋਈ ਰੰਜਿਸ਼ਬਾਜ਼ੀ ਇਹਨਾਂ ਦੀ ਕੋਈ ਚੱਲਦੀ ਆ ਰਹੀ ਹੈ ਪੁਰਾਣੀ ਜਿਹਦੇ ਕਰਕੇ ਪਹਿਲਾਂ ਉੱਥੇ ਹੋਇਆ ਅਤੇ ਹੁਣ ਉਹਦੇ ਇੰਸੀਡੈਂਟ ਹੋਇਆ ਉਹਦੇ ਵਿੱਚ ਸਾਡੀ ਜਿਹੜੀ ਹੈ ਹਜੇ ਰਾਤ ਹੀ ਅੱਜ ਅਰਲੀ ਮਾਰਨਿੰਗ ਹੀ ਰਾਤ FIR ਸਾਨੂੰ ਲੇਟ ਨਾਈਟ ਰੁਕਾ ਆਇਆ ਸੀਗਾ ਅਰਲੀ ਮਾਰਨਿੰਗ ਹੀ FIR ਅਸੀਂ ਲੌਂਚ ਕੀਤੀ ਹੈ ਅਤੇ ਸਾਡੀਆਂ ਟੀਮ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਪਿੱਛੇ ਲੱਗੇ ਹੋਏ ਨੇ ਅਤੇ ਜਲਦੀ ਗ੍ਰਿਫਤਾਰੀ ਹੋਈ ਅਜੇ ਤੱਕ ਜੋ ਨੋਟਿਸ ਜੋ ਇਹਨਾਂ ਨੇ ਬਿਆਨ 'ਚ ਦੱਸਿਆ ਉਹਨਾਂ ਨੇ ਇੱਕ ਵਿਅਕਤੀ ਦੇ ਬਾਰੇ ਹੀ ਦੱਸਿਆ ਕਿ ਜਿਹਦੇ ਵੱਲੋਂ ਫਾਇਰਿੰਗ ਹੋਈ ਅਤੇ ਬਾਕੀ
ਉਹਦੇ ਨਾਲ ਜਿਹੜੇ ਹਮਸ਼ਵਾਰ ਹੋ ਕੇ ਬਾਕੀ ਸਾਥੀ ਆਏ ਨੇ ਉਹਨਾਂ ਬਾਰੇ ਜਾਣਕਾਰੀ। ਗੋਲੀ ਜਿਹੜੀ ਹੈ ਜੀ ਅਤੇ ਕੁਛ ਉਹਦੇ ਸ਼ਾਇਦ ਜਿਹੜੇ ਹੈਗੇ ਨੇ ਫਾਇਰ ਸ਼ੋਟਸ ਜਿਹੜੇ ਉਹਨਾਂ ਨੇ ਸਾਈਡ ਤੋਂ ਇਸ਼ਾਰੇ ਵਗੈਰਾ ਉਹ ਜੋਲੀ ਵਿਲਕ ਨੇ ਪਾਏ ਗਏ ਨੇ ਅਤੇ ਬਾਕੀ ਜਿਹੜੀ ਬੁਲੇਟ ਹੈ ਉਹ ਮਨਦੀਪ ਜਿਹੜਾ ਇਹਦੇ ਨਾਲ ਮਿੱਤਰ ਇਹਨਾਂ ਦਾ ਉਸਦੇ।